ਮਾਰਦਾ ਨੂੰ ਸੱਦੋ ਮਾਰਦਾ ਨੂੰ ਬਈ ਮਾਰਦੇ ਕੋਲੇ ਇਹਦਾ ਨੰਬਰ ਕਿੰਨਾ ਉਹਦਾ ਨੰਬਰ ਦੱਸ ਦਿਓ ਨਾ ਕਿੱਦਾਂ ਨੰਬਰ ਉਹਦਾ ਲੋਕ ਦੇ ਕੋਲੇ ਫੋਨ ਆ ਮੇਰੇ ਉਹਦਾ ਨੰਬਰ ਹੈ ਨਹੀਂ ਮੋਬਾਈਲ ਲੈ ਕੇ ਮੰਗ ਹੈ ਨਹੀਂ ਕਰੇ ਕਿਨਕਾ ਜੀ ਆਪਣਾ ਮੇਰਾ ਨਾਮ ਸਮੀਮ ਹੈ ਜੀ ਕੱਲ ਕੋਈ ਲੜਾਈ ਝਗੜਾ ਹੋਇਆ ਕਿਆ ਪੂਰਾ ਮਾਮਲਾ ਗਿਆ ਲੜਾਈ ਝਗੜਾ ਤਾਂ ਕੋਈ ਨਹੀਂ ਜੀ ਤੇ ਮੈਂ ਤੋਂ ਜੀ ਆਪਣੇ ਮੁੰਡੇ ਕੀ ਦਵਾਈ ਲੈਣਾ ਕਹਤੇ ਜਲਾਲਬਾਦ ਜੀ ਉੱਥੇ ਜੀ ਕਹਿੰਦਾ ਮੇਰਾ ਪਿਸ਼ਾਬ ਆ ਗਿਆ ਪਿਸ਼ਾਬ ਕਰਨੇ ਲੱਗ ਗਿਆ ਜੀ ਮੈਂ ਬਰਾਬਰ ਸਾਈਡ ਮੇ ਰੋਡ ਤੇ ਅਟਕੇ ਉਹ ਤਿੰਨ ਬੰਦੇ ਮੋਟਰਸਾਈਕਲ ਤੇ ਆਏ ਮੇਰਾ ਮੋਬਾਈਲ ਛੀਨ ਲਿਆ ਜੀ ਪਿਸ਼ਾਬ ਕਰਤੇ ਹੋਏਗਾ ਜੀ ਤੋ ਮੈਨੇ ਉਨਕੋ ਜੋ ਵਾਕਿਆ ਪਕੜਾ ਜੀ ਮੇਰਾ ਮੋਬਾਈਲ ਦੇ ਦੇ ਮੁਝੇ ਤੋ ਮੋਬਾਈਲ ਤੋ ਦਿਆ ਨਹੀਂ ਤੋ ਮੇਰਾ ਪ੍ਰੈਸ ਕਾ ਸੀਰ ਮੇ ਵਜਾ ਜੀ ਕਿੰਨੇ ਬੰਦੇ ਸੀ ਵੀ ਤਿੰਨ ਬੰਦੇ ਸੀ ਜੀ ਫਿਰ ਮੈਨੇ ਰੋਲਾ ਰਾਲਾ ਪਾਇਆ ਤੇ ਰੋਡ ਵਿੱਚ ਆ ਕੇ ਦੋ ਦੋ ਬੰਦੇ ਟਰੱਕ ਵਾਲੇ ਆ ਗਏ ਉਹ ਬੰਦੋ ਨੇ ਹੈਲਪ ਕੀ ਥੋੜੀ ਸੀ ਤਬ ਜਾ ਕੇ ਬੰਦੇ ਹੱਥ ਲਗੇ ਫਿਰ ਉੱਥੇ ਪੁਲਿਸ ਕੋ ਬੁਲਾ ਰਹੀ ਪੁਲਿਸ ਨੂੰ ਚੱਕੇ ਕਹਾਂ ਆਪੇ ਚੋਟ ਲਗੇ ਤੁਹਾਡੇ ਚੋਟ ਤੋਂ ਜੀ ਮੇਰੀ ਸਾਰੀ ਜਗ੍ਹਾ ਜਦ ਚੋਟ ਤੋਂ ਮੇਰੇ ਸਿਰ ਮੇ ਲਗੇ ਹੈ ਜੀ ਪੈਂਸਕਸ ਕੀ ਰੋਡ ਮਾਰ ਰੱਖੀ ਸੀ ਮੈਂ ਔਰ ਹੱਥ ਪੇ ਵੀ ਜੀ ਔਰ ਕਿੰਗ ਟਾਂਗ ਪੇ ਵੀ ਬਹੁਤ ਮਾਰ ਰੱਖੀ ਉਹਨਾਂ ਨੂੰ ਤੇ ਮੇਰੇ ਜੀ ਜਾਣਦੇ ਹੋ ਲੜਕੇ ਕੌਣ ਤੇ ਉਹ ਜੀ ਜਾਣਦਾ ਹਾਂ ਵਾਪਰ ਪੁਲਿਸ ਲੈ ਗਈ ਤੇ ਮੈਨੂੰ ਉਹਨਾਂ ਪਛਾਣ ਕਰਾਈ ਤੋ ਬੰਦੇ ਪਛਾਣ ਲਿਆ ਮੈਨੂੰ ਉਧਰ ਹੀ ਉਧਰ ਹੀ ਬੰਦੇ ਥਾਣੇ ਵਿੱਚ ਜੀ ਕੱਲ ਜੀ ਜਲਾਲਾਬਾਦ ਰੋਡ ਦੇ ਉੱਤੇ ਇੱਕ ਸਨੈਚਰ ਲੋਕਾਂ ਨੇ ਫੜ ਲਿਆ ਉਹਨਾਂ ਨੇ ਇੱਕ ਬਿਹਾਰੀ ਸੀਗਾ ਮਜ਼ਦੂਰ ਉਹਦੇ ਕੋਲੋਂ ਮੋਬਾਈਲ ਖੋਣ ਦੀ ਕੋਸ਼ਿਸ਼ ਕੀਤੀ ਜਿਸ ਦੌਰਾਨ ਉਹਦੇ ਸਿਰ ਦੇ ਵਿੱਚ ਸ਼ਾਰਪ ਵੈਪਨ ਦੇ ਨਾਲ ਸੱਟ ਮਾਰੀ ਤਿੰਨ ਜਣੇ ਸੀਗੇ ਇੱਕ ਜਣਾ ਫੜ ਲਿਆ ਅਤੇ ਦੋ ਜਣੇ ਫਰਾਰ ਹੋ ਗਏ ਸੀ ਮੋਟਰਸਾਈਕਲ 'ਤੇ ਸਾਨੂੰ ਸੂਚਨਾ ਮਿਲੀ ਸਾਡੀ ਪੁਲਿਸ ਪਾਰਟੀ ਉੱਥੇ ਪਹੁੰਚੀ ਪਹਿਲੇ ਬੰਦੇ ਨੂੰ ਐਪਰੀਹੈਂਡ ਕਰਕੇ ਅਸੀਂ ਉਹਦੇ ਤੋਂ ਉਹਦੇ ਸਾਥੀਆਂ ਦਾ ਪਤਾ ਪੁੱਛਿਆ ਅਤੇ ਉਹਨਾਂ ਦੋਨਾਂ ਨੂੰ ਅਸੀਂ ਕੱਲ੍ਹ ਸ਼ਾਮ ਤੱਕ ਗ੍ਰਿਫਤਾਰ ਕਰ ਲਿਆ ਸੀ ਜਿਹੜਾ ਮੋਟਰਸਾਈਕਲ ਇਸ ਵਾਰਦਾਤ ਦੇ ਵਿੱਚ ਉਹਨਾਂ ਨੇ ਇਸਤੇਮਾਲ ਕੀਤਾ ਉਹ ਵੀ ਫੜ ਲਿਆ ਅਤੇ ਜਿਹੜੇ ਵੈਪਨ ਨਾਲ ਸੱਟ ਮਾਰੀ ਉਹ ਵੀ ਬਰਾਮਦ ਹੋ ਗਿਆ ਜੀ ਬੰਦੇ ਤੋਂ ਜਿਹੜਾ ਮੋਬਾਈਲ ਉਹਨਾਂ ਨੇ ਸਨੈਚ ਕੀਤਾ ਸੀ ਅਸੀਂ ਉਹ ਵੀ ਬਰਾਮਦ ਕਰ ਲਿਆ ਕਿੰਨੇ ਜਣੇ ਸੀਗੇ ਸਰ ਇਹ ਤਿੰਨ ਜਣੇ ਸੀ ਜੀ ਟੋਟਲ ਭਿੰਦਰ ਖੁਰਦੇ ਨੇ ਲਖਵਿੰਦਰ ਮੌਕੇ 'ਤੇ ਫੜ ਲਿਆ ਸੀ ਬਿਕਰਮ ਅਤੇ ਸੁਰਿੰਦਰ ਹੈ ਜਿਹੜੇ ਉਹ ਬਾਅਦ ਦੇ ਵਿੱਚ ਅਸੀਂ ਗ੍ਰਿਫਤਾਰ ਕੀਤੇ ਲਖਵਿੰਦਰ 'ਤੇ ਤਿੰਨ ਮਾਮਲੇ ਦਰਜ ਨੇ ਜੀ ਜਿਹੜਾ ਬਿਕਰਮ ਉਹਦੇ 'ਤੇ ਪੰਜ ਮਾਮਲੇ ਅਤੇ ਜਿਹੜਾ ਸੁਰਿੰਦਰ ਹੈ ਉਹਦੇ 'ਤੇ ਦੋ ਮਾਮਲੇ ਨੇ ਹਾਲੇ ਗ੍ਰਿਫਤਾਰ ਕੀਤੇ ਨੇ ਜੀ ਅੱਜ ਰਿਮਾਂਡ ਲਵਾਂਗੇ ਅਤੇ ਫਿਰ ਅਗਲੀ ਪੁੱਛਗਿੱਛ ਕਰਾਂਗੇ